ਕਿਉਂਕਿ ਜਦੋਂ ਕਿਧਰੇ ਖਾਲਸੇ ਪੰਥ ਦੇ ਦਰਸ਼ਨ ਹੁੰਦੇ ਆ ਨਾ, ਉਦੋਂ ਇਦਾਂ ਅੱਖਾਂ ਦੇ ਸਾਹਮਣੇ ਆ ਜਾਂਦਾ ਵੀ ਇਦਾਂ ਦੇ ਹੀ ਸੀਗੇ ਸਾਡੇ ਸ਼ਹੀਦ ਸਿੰਘ, ਉਹਨਾਂ ਦੇ ਦਰਸ਼ਨ ਹੋ ਰਹੇ ਆ। ਕਿਉਂਕਿ ਮਹਾਰਾਜ ਨੇ ਵੀ ਕਿਹਾ ਵੀ ਪੰਜ ਸਿੰਘਾਂ ਦੇ ਦਰਸ਼ਨ ਕਰ ਲਏ, ਸਮਝ ਲਿਓ ਇਹ ਮੇਰੇ ਦਰਸ਼ਨ ਹੋ ਗਏ ਤੁਹਾਨੂੰ, ਇਹ ਸਤਿਗੁਰਾਂ ਨੇ ਕਿਹਾ। ਤੇ ਜਦੋਂ ਗੁਰੂ ਦੇ ਖਾਲਸੇ ਦੇ ਦਰਸ਼ਨ ਹੋ ਗਏ, ਗੁਰੂ ਦੇ ਦਰਸ਼ਨ ਹੋ ਗਏ, ਤੇ ਕਿਧਰੇ ਨਾ ਕਿਧਰੇ ਉਹ ਸ਼ਹੀਦ ਸਿੰਘ ਵੀ ਬਾਬਾ ਦੀਪ ਸਿੰਘ ਵਰਗੇ ਯਾਦ ਆ ਜਾਂਦੇ। ਔਰ ਇੱਕ ਬੇਨਤੀ ਆਪਾਂ ਦੀਵਾਨ ਵਿੱਚ ਹੋਰ ਕਰਨੀ ਹੈ ਅੱਜ ਦੇ, ਜਿਹੜੀ ਸਾਡੀ ਸਿੱਖ ਕੌਮ ਹੈ ਇਹ ਸੂਰਮਿਆਂ ਦੀ ਸ਼ਹੀਦਾਂ ਦੀ ਕੌਮ ਹੈ, ਸ਼ਹੀਦਾਂ ਦੇ ਵਾਰਸ ਹਾਂ ਅਸੀਂ, ਨਚਾਰਾਂ ਦੇ ਨਹੀਂ। ਦਰਬਾਰ ਸਾਹਿਬ ਜੀ ਨੂੰ ਜਾਂਦਿਆਂ, ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਨੂੰ ਜਾਂਦਿਆਂ ਜਦੋਂ ਰਸਤੇ ਦੇ ਵਿੱਚ ਦੇਖੀਦਾ ਨਚਾਰਾਂ ਦੇ ਬੁੱਤ ਬਣੇ ਹੋਏ ਨੇ, ਪਰ ਉੱਥੇ ਅਸੀਂ ਵੀ ਆਪਣੇ ਆਪ ਨੂੰ ਖਾਲਸਾ ਕਹਾਉਂਦੇ ਹਾਂ, ਅਸੀਂ ਵਿੱਚ ਹੀ ਹਾਂ ਸਾਰੇ, ਪਰ ਸਾਡੀ ਵੀ ਜ਼ਰੂਰਤ ਨਹੀਂ ਪੈਂਦੀ ਵੀ ਜਾ ਕੇ ਉੱਥੇ ਬੋਲ ਸਕੀਏ, ਕਿਉਂਕਿ ਸਰਕਾਰਾਂ ਤੋਂ ਡਰ ਲੱਗਦਾ, ਵੱਡੇ ਲੋਕਾਂ ਤੋਂ ਡਰ ਲੱਗਦਾ ਸਾਨੂੰ ਛੋਟਿਆਂ ਨੂੰ ਦਬਾ ਦੇਣਗੇ, ਪਤਾ ਨਹੀਂ ਕੀ ਕਰ ਦੇਣਗੇ, ਮਨ ਦੇ ਵਿੱਚ ਇੱਕ ਭੈ ਹੈ। ਪਰ ਜਿਹੜੇ ਗੁਰੂ ਕੇ ਸਿੰਘਾਂ ਨੇ ਉੱਥੇ ਜਾ ਕਰਕੇ ਗੁਰੂ ਨਾਲ ਪਿਆਰ ਵਿਖਾਉਂਦੇ ਹੋਏ, ਜਿੱਦਾਂ ਸਾਡੇ ਵੱਡੇ ਵਡੇਰੇ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਮੱਸੇ ਰੰਗੜ ਤੋਂ ਡਰੇ ਨਹੀਂ ਸੀ, ਉਹਦਾ ਸਿਰ ਨੇਜੇ ਤੇ ਟੰਗ ਕੇ ਲੈ ਕੇ ਆਏ ਸੀਗੇ, ਕਹਿੰਦੇ ਸੀ ਤੇਰੀ ਹਿੰਮਤ ਕੀ ਹੋਈ ਸਾਡੇ ਗੁਰੂ ਦੇ ਦਰਬਾਰ ਦੇ ਵਿੱਚ, ਜਿੱਥੇ ਲੋਕ ਰੱਬ ਨਾਲ ਜੁੜਦੇ ਆ, ਸੱਚੀ ਸਿਫਤ ਗਾਉਂਦੇ ਆ, ਉੱਥੇ ਇੱਕ ਕੰਜਰੀ ਦਾ ਨਾਚ ਨਚਾਇਆ, ਤੇ ਆਓ ਇੱਕ ਉਹਨਾਂ ਸਿੰਘਾਂ ਲਈ ਆਪਾਂ ਖੁਸ਼ੀ ਦਾ ਜਕਾਰਾ ਛੱਡੀਏ। ਔਰ ਆਪਣੇ ਜਕਾਰੇ ਵਿੱਚ ਹੀ ਇਹ ਪ੍ਰਤੀਕ ਹੋਏਗਾ ਵੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ, ਸਹਿਮਤ ਹਾਂ। ਜੇ ਏਦਾਂ ਹੀ ਸਮਾਂ ਚੱਲਦਾ ਰਿਹਾ ਫਿਰ ਉਹ ਵੀ ਦਿਨ ਦੂਰ ਨਹੀਂ, ਅੱਜ ਨਚਾਰਾਂ ਦੇ ਬੁੱਤ ਬਣ ਰਹੇ ਹੈ, ਕੱਲ ਨੂੰ ਇਹ ਜਿਹੜੇ ਬਾਦਲ ਕੇ ਜਿਹੜੇ ਗੁਰੂ ਘਰ ਦੀ ਮਾਇਆ ਖਾਣ ਦੇ ਉੱਤੇ ਲੱਗੇ ਹੋਏ ਹੈ, ਝੂਠ ਬੋਲਣ ਤੇ ਲੱਗੇ ਹੋਏ ਹੈ, ਕੱਲ ਨੂੰ ਇਹ ਮਰ ਗਏ ਇਹਨਾਂ ਦੇ ਵੀ ਬੁੱਤ ਬਣਾਉਣਗੇ। ਆਖੋ ਸਤਨਾਮ, ਉਹ ਦਿਨ ਦੂਰ ਨਹੀਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤੇ ਤਸਵੀਰ ਤੋਂ ਵੀ ਨਫ਼ਰਤ, ਉਹਦੇ ਤੋਂ ਵੀ ਕਹਿੰਦੇ ਆ ਕਿਉਂ ਲਾਉਂਦੇ ਆ। ਤੇ ਫਿਰ ਇਹ ਜਿਹੜੇ ਕੰਮ ਮਹਾਰਾਜ ਜੀ ਦੇ ਸਿੰਘਾਂ ਨੇ ਜਿਸ ਕੰਮਾਂ ਪਿੱਛੇ ਸ਼ਹੀਦੀਆਂ ਦਿੱਤੀਆਂ ਵੀ ਨਾਚ ਅਸੀਂ ਨਹੀਂ ਹੋਣ ਦੇਣਾ, ਅਸੀਂ ਅੱਜ ਉਹੀ ਦੇਖ ਰਹੇ ਸੀ। ਤੇ ਉਹਨਾਂ ਸਿੰਘਾਂ ਲਈ ਇੱਕ ਸਾਰੇ ਹੀ ਖੁਸ਼ੀ ਦਾ ਜਕਾਰਾ ਛੱਡੀਏ, ਸਾਰੇ ਹੀ ਇਹ ਕਹੀਏ ਵੀ ਨਾਲ ਹਾਂ, ਇਹ ਪਿਆਰ ਦਾ ਇੱਕ ਸਬੂਤ ਦਈਏ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਇਹ ਤੁਹਾਡੇ ਸਿੰਘਾਂ ਦੇ ਜਕਾਰਿਆਂ ਦੇ ਜੋਸ਼ ਦੇ ਵਿੱਚੋਂ, ਸ੍ਰੀ ਅਕਾਲ, ਇਹ ਸਿੰਘਾਂ ਦੇ ਜਕਾਰਿਆਂ ਦਾ ਜੋਸ਼ ਦੱਸ ਰਿਹਾ ਵੀ ਅਸੀਂ ਉਹਨਾਂ ਸੂਰਮਿਆਂ ਦੇ ਨਾਲ। ਤੇ ਜਦੋਂ ਗੁਰੂ ਸਾਡੇ ਵੱਲ ਹੈ, ਗੁਰੂ ਦੀ ਸੰਗਤ ਨਾਲ ਹੈ, ਫਿਰ ਕੋਈ ਹੋਰ ਭਾਵੇਂ ਨਾਲ ਹੋਵੇ ਭਾਵੇਂ ਨਾ ਹੋਵੇ, ਖਾਲਸੇ ਨੂੰ ਕਿਸੇ ਦੀ ਲੋੜ ਨਹੀਂ। ਗੁਰੂ ਦੀ ਲੋੜ ਹੈ ਔਰ ਖਾਲਸੇ ਪੰਥ ਦੀ ਲੋੜ ਹੈ। ਸੋ ਆਓ, ਉਹਨਾਂ ਨੇ ਬਹਾਦਰੀ ਵਾਲਾ ਕੰਮ ਕੀਤਾ, ਅਸਲ ਖਾਲਸੇ ਵਾਲਾ ਕੰਮ ਕਰਕੇ ਦਿਖਾਇਆ। ਤੇ ਜਿਹੜੀਆਂ ਸ਼ਹੀਦੀਆਂ ਨੇ, ਕਹਿੰਦੇ ਇਹ ਸ਼ੁਰੂ ਤੋਂ ਹੀ ਅੱਜ ਤੋਂ ਨਹੀਂ, ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਏ ਕਦੀ ਗਿਣੋ ਨਾ ਉਹਦੇ ਮਰੀਦ ਕਿੰਨੇ, ਬੰਦੇ ਗਿਣੋ ਨਾ ਸਗੋਂ ਇਹ ਕਰੋ ਗਿਣਤੀ ਕਿਸ ਕੌਮ ਵਿੱਚ ਹੋਏ ਸ਼ਹੀਦ ਕਿੰਨੇ, ਇਕੱਠੀਆਂ ਕਰੋ ਸੰਸਾਰ ਦੀਆਂ ਕੁੱਲ ਕੌਮਾਂ, ਵੇਖੋ ਕੌਣ ਨੀਵੀਂ ਵੇਖੋ ਕੌਣ ਉੱਚੀ, ਜਿਸ ਕੌਮ ਵਿੱਚ ਹੋਣ ਸ਼ਹੀਦ ਬਹੁਤੇ ਉਸ ਕੌਮ ਦੀ ਰਹਿੰਦੀ ਏ ਧੌਣ ਉੱਚੀ। ਇਸੇ ਕਰਕੇ ਖਾਲਸਾ ਪੰਥ ਜਿਹੜਾ ਧੌਣ ਉੱਚੀ ਕਰਕੇ ਜਾਂਦਾ ਵੀ ਸਾਡੇ ਵੱਡੇ ਵਡੇਰੇ ਕਿਸੇ ਅੱਗੇ ਝੁਕੇ ਨਹੀਂ, ਇਹ ਨਹੀਂ ਵੀ ਉਹ ਕਿਧਰੇ ਵੱਡੇ ਵਡੇਰੇ ਸਾਡੇ ਜਿੱਦਾਂ ਮਾਫ਼ ਕਰਨਾ, ਕਈ ਧਰਮਾਂ ਵਿੱਚ ਉਹਨਾਂ ਦੇ ਵੱਡੇ ਵਡੇਰੇ ਜੂਏ ਖੇਡਦੇ ਆਏ ਹੈ, ਸਾਰਾ ਕੁਛ ਹਾਰ ਗਏ, ਤੀਵੀਆਂ ਤੱਕ ਹਾਰ ਗਏ,
ਕੀ ਕੁਛ ਹੁੰਦਾ ਹੋਇਆ ਆਇਆ ਆਪਾਂ ਦੇਖਨੇ ਆ, ਪਰ ਸਾਡੇ ਧਰਮ ਦੇ ਵਿੱਚ ਵੱਡੇ ਵਡੇਰਿਆਂ ਕੁਰਬਾਨੀਆਂ ਕੀਤੀਆਂ, ਉਹਨਾਂ ਨੇ ਸ਼ਹਾਦਤਾਂ ਕੀਤੀਆਂ, ਮੀਰ ਮਨੂ ਦੀਆਂ ਜੇਲ੍ਹਾਂ ਜੋ ਹੁਣ ਖੰਡਰ ਬਣ ਚੁੱਕੀਆਂ, ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਕਈ ਐਸੀਆਂ ਜੇਲ੍ਹਾਂ ਸੀ ਜਿੱਥੇ ਸਿੰਘਾਂ ਨੂੰ ਤੰਗ ਕੀਤਾ ਜਾਂਦਾ ਸੀ, ਸਰਕਾਰ ਵੱਲੋਂ ਉਹਨਾਂ ਤੇ ਜ਼ੁਲਮ ਢਾਏ ਜਾਂਦੇ ਸੀਗੇ। 84 ਵਿੱਚ ਵੀ ਦੇਖ ਲਓ, ਪਹਿਲਾਂ ਵੀ ਕਿੰਨਾ ਕੁਛ ਹੋਇਆ, ਪਰ ਗੁਰੂ ਕੇ ਖਾਲਸੇ ਨੇ ਕਦੀ ਵੀ ਸਰਕਾਰ ਦੇ ਅੱਗੇ ਆਪਣੀ ਧੌਣ ਨਹੀਂ ਚੁਕਾਈ, ਕਦੀ ਵੀ ਜ਼ੁਲਮ ਰਾਜ ਦੇ ਅੱਗੇ ਆਪਣੀ ਧੌਣ ਨਹੀਂ ਚੁਕਾਈ, ਹਮੇਸ਼ਾ ਸੱਚ ਦੀ ਆਵਾਜ਼ ਅੱਗੇ ਆਈ ਹੈ। ਇਸੇ ਕਰਕੇ ਇਹ ਕਿੱਥੋਂ ਜਜ਼ਬਾ ਮਿਲਦਾ, ਕਿਉਂਕਿ ਸਾਡੇ ਗੁਰੂ ਸਾਹਿਬ ਦੀ ਤਤੀਆਂ ਤਵੀਆਂ ਤੇ ਬਹਿ ਕੇ ਸਾਨੂੰ ਇਹੀ ਸਿਖਾ ਗਏ ਕਿ ਭਾਈ ਝੂਠ ਦੇ ਅੱਗੇ ਆਪਣਾ ਸਿਰ ਨਹੀਂ ਝੁਕਾਉਣਾ, ਸਰੀਰ ਦੇ ਉੱਤੇ ਕਸ਼ਟ ਭਾਵੇਂ ਜਿੰਨੇ ਮਰਜ਼ੀ ਆ ਜਾਣ। ਜਿੱਦਾਂ ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਸੀਗਾ, ਕਹਿੰਦੇ ਸਜ਼ਾ ਹੀ ਦੇ ਲੈਣਗੇ, ਮਾਰ ਥੋੜੀ ਨਾ ਲੈਣਗੇ। ਆਖੋ ਸਤਨਾਮ, ਸਾਡੀ ਆਤਮਾ ਨੂੰ ਕਿੱਦਾਂ ਮਾਰ ਲੈਣਗੇ, ਸਰੀਰ ਦੇ ਉੱਤੇ ਕਸ਼ਟ ਦੇ ਲੈਣਗੇ ਨਾ। ਸਾਹਿਬਜ਼ਾਦਿਆਂ ਨੂੰ ਏਦਾਂ ਸਮਝਾਇਆ ਸੀ ਤੇ ਉਹਨਾਂ ਦੀਆਂ ਸ਼ਹਾਦਤਾਂ ਕਰਕੇ ਅੱਜ ਖਾਲਸਾ ਪੰਥ ਜਿਹੜਾ ਜਿਉਂ ਰਿਹਾ।